हेलो जवाई ना मैं तेरी गल कित्थों करावां आ लोकां दे बंदियां नूं तां माड़ी मोटी शर्म आ जांदी है भी टाइम ना घरे बढ़ जाइए कोई काम धंधा कर लीए आ जिहड़ा तुसीं लभिया ना इहनूं तां भोरा शर्म नहीं इधरले कंध च पाउंदा इधरले च गल कर दिंदा है। चल कोई नहीं मैनूं तां नहीं पता भाई आड़ती है ना कोई गल होई आ कि नहीं जदों आ गया तेरी गल करा दिंदी मेरे तों कित्थों डरदा उह मेरे तां बह के उह दो मिंट गल भी नहीं करदा कोले। चल चंगा हुण ऐ मैनूं जाख मैं तैनूं झड़क हुण तां तुसीं लभता मैनूं तां कट्टणा ही पैणा भाई। चल चंगा करा दूंगी आए तो करा दूंगा चंगा करा दूं हुण कह तां दित्ता ठीक है। माता भी ना बस आए कहती है भी झट मंगनी पट व्याह कर दो भी हुणे मेरी गल करा दे दस मैं उहनूं कित्थों दी गल करा खड़े पाई जांदी है गल बार आ जा हुण इत्थे बैठी रहेगी मैं झाक दी दौड़ मैच लोट की रौला पाया तू है आए इत रौला पाउंदा होना लोग की सोचणगे भी पता नहीं रोज इन्हां दे घरे लड़ाई हुंदी कणक वड ली है झोने झूने की गाह तैयारी करी जांदे ने आ पानी लाई जांदे ने जमीना दे विच आह पौ तैयार करी जांदे ने ते तू तू डक के इत्थे आए करदा फिरदा कोई ना पापा ना सिरी रख लांगे पर नौकर ला लांगे चक दांगे बार च रूड़ी आहो बिरले टाटे ना बैठ लगदी है वी चक जांगे बैर च रूड़ी गल्ला वेख ला करदा कितने रोटी रोटी ल्या दे कोई तैनू होर ना मैं इत्थे परौंठे बना के दे दा जे टाइम ना बड़े तां रोटी मिलूगी नहीं बैठदी नी उत्थे खाया कर खड़ तेरी भैन नू तेरी नू की कहा गल करदा तू मेरी भैन मेरी जनानी बोलदी आ इत्थे जिन्ना मर्जी बोली चलो मुंह टट के पै जांदा चल यार जांदे जांदे दीपे नूं वी दस देना वी लाइट आऊ अज बरसीन जरम वालू वो भी सुक्या पै जमी चल देखते हैं जाना लवे मैन खोली केवल मैं खोली गई अपना केवल केवल बी सौ लगे बचा तो मेरा सारा सुपना आ रहा केवल जो खोलने वाले ने मेरा नौ ही धरता चको सरदार जी कहीं खर्च करना थानू कहीं ना खर्च बिना खर्च घरे बढ़ के अपने आप सोच लो मैं जानता तेन सरदार चल तू छ लाइट जी अज लूसनेर वाली ओदा हाँ यार
ਰਾਤ ਨੂੰ ਆਉਗੀ? ਹਾਂ ਓ ਸ਼ਿਟ ਨਾ ਭਈ ਯਾਰ, ਅਸੀਂ ਤਾਂ ਪਰ ਮੈਂ ਤਾਂ ਜਿੱਦੇ ਦਿਨੇ ਆਉ ਉਧਰ ਮਾ ਲੂ ਮੈਂ ਤਾਂ ਉਹ ਦਿਨ ਨੂੰ ਕੀ ਆ, ਚਾਰ ਪੰਜ ਦਿਨਾਂ ਨੂੰ ਉਹ ਦਿਨ ਨੂੰ ਤਾਂ ਤੂੰ ਰਮਾ ਕੇ ਪਰਾਂ ਕਰ ਯਾਰ, ਪੰਜ ਦਿਨਾਂ ਨੂੰ ਰਮਾ ਲਾਂਗੇ ਫਿਰ ਕੀ ਹੁੰਦਾ ਗਾ? ਓਏ ਸੁੱਕ ਜੂ ਜਮੀ, ਉਹ ਤਰ੍ਹਾਂ ਲੱਗਦਾ ਕੱਖ ਗਾਂ ਵੀ ਨਹੀਂ ਹੋਇਆ ਜੇ ਉਹ ਸੁੱਕ ਜਾਣ ਦੇ ਯਾਰ, ਪਰਾਂ ਸੰਨੀ ਕਰ ਦਿਆ ਕਰਾਂਗੇ ਜੀ, ਸੰਨੀ ਕਰ ਦਿਆ ਕਰਾਂਗੇ। 5,000 ਨੂੰ ਟਰਾਲੀ ਹੋ ਰਹੀ ਆ ਸਰਦਾਰ ਸਾਹਿਬ, 5,000 ਓਏ ਅਸੀਂ ਹਜ਼ਾਰਾਂ ਹਜ਼ੂਰ ਵਾਲੀਆਂ ਗੱਲਾਂ ਨਹੀਂ ਕਦੇ ਦੇਖੀਆਂ, ਲੱਖਾਂ ਕਰੋੜਾਂ ਦੀਆਂ ਗੱਲਾਂ ਕਰਦੇ ਹਾਂ, ਸਰਦਾਰ ਬੰਦੇ ਆ, ਸਰਦਾਰ ਅਸੀਂ। ਓ ਬਾਈ ਉਹ ਨਾ ਫਰੋਟੀਆਂ ਮਾਰਿਆ ਕਰ, ਮੇਰੇ ਲਈ ਰਹਿਣਾ ਤੂੰ, ਔਰ ਮਾਲਾ ਤੂੰ ਪਰਾਂ। ਓਏ ਆਏ ਆ ਗੱਲ ਯਾਰ ਗੁਰੂ, ਰਮਾ ਤਾਂ ਮੈਂ ਦੇਵਾਂ, ਮੈਂ ਜਾ ਨਹੀਂ ਸਕਦਾ ਰਾਤ ਨੂੰ, ਮਜਬੂਰੀ ਆ ਮੇਰੀ। ਕਿਉਂ, ਕੀ ਮਜਬੂਰੀ ਆ ਤੇਰੀ? ਓਏ ਯਾਰ ਆ ਤੇਰੇ ਲਈ ਭਰਜਾਈ ਨਹੀਂ ਜਾਣ ਦਿੰਦੀ ਹੈਗੀ, ਰਾਤ ਨੂੰ ਬੜਾ ਫਿਕਰ ਕਰਦੀ ਆ ਮੇਰਾ, ਮੈਨੂੰ ਕਹਿੰਦੀ ਆਖੇ ਜੀ ਤੁਸੀਂ ਬਾਹਰੇ ਨਾ ਜਾਇਓ ਰਾਤ ਨੂੰ ਜੀ, ਰਾਤ ਬਰਾਤੇ ਕੋਈ ਗੱਲਬਾਤ ਹੋ ਗਈ, ਕੱਲ੍ਹ ਘਰਾਂ ਨੂੰ ਮੇਰਾ ਕੀ ਬਣੂਗਾ ਇਕੱਲੀ ਦਾ। ਓਏ ਕੋਈ ਗੱਲਬਾਤ ਨਹੀਂ ਹੁੰਦੀ, ਦੁਨੀਆਂ ਵੀ ਫਿਰਦੀ ਹੈ, ਐਡਾ ਤੂੰ ਜਵਾਕ ਹੈ ਯਾਰ। ਓਏ ਜਵਾਕ ਵਾਲੀ ਗੱਲ ਨਹੀਂ ਯਾਰ, ਮੈਂ ਉਹਦੇ ਘਰ ਵਾਲੀ ਦਾ ਇਕੱਲਾ ਇਕੱਲਾ ਘਰ ਵਾਲਾਂਗਾ ਮੈਂ। ਉਹ ਇਕੱਲਾ ਇਕੱਲੇ ਹੁੰਦਾ ਹਰੇਕ ਦੇ, ਹੁਣ ਦਰੋਪਦੀ ਆ ਉਹ ਪਤੰਦਰਾ ਮਰੀ ਜਾਣਾ ਨਾ ਪਕਾਈ। ਓ ਚੱਲ ਕੋਈ ਨਾ ਯਾਰ, ਫਿਰ ਕੀ ਹੁੰਦਾ, ਉਹ ਮੈਨੂੰ ਜਾਣ ਨਹੀਂ ਦਿੰਦੀ, ਹੁਣ ਮੈਂ ਕੀ ਕਰਾਂ? ਤਾਂ ਮੈਂ ਪੁੱਛਦਾ ਨੂੰ ਭਰਜਾਈ। ਓਏ ਨਹੀਂ ਯਾਰ, ਉਹ ਮੰਨਦੀ ਨਹੀਂ ਹੈਗੀ। ਓ ਯਾਰ ਮੈਂ ਕਰਦਾ ਗੱਲ ਭਰਜਾਈ, ਪੁੱਠੀ ਤੀਵੀ ਆ, ਉਹ ਮੰਨਦੀ ਨਹੀਂ ਹੈਗੀ। ਉਹ ਮੈਂ ਆਪੀ ਗੱਲ ਸਮਝਾ ਦੂੰ ਯਾਰ ਉਹਨੂੰ, ਮੈਂ ਵੱਡੇ ਵੱਡੇ ਸਮਝਾ ਦੇ ਭਰਜਾਈ। ਤੂੰ ਵਗ ਜਾ ਯਾਰ, ਸਾਡਾ ਪਰਸੀਨ। ਉਹ ਭਰਜਾਈ ਆਈ ਮੜ ਗਾ ਕੇ ਲੈਣੇ ਨੇ, ਉਹ ਆ ਗਈ ਯਾਰ, ਖੜਜਾ ਗੱਲ ਕਰਦੇ ਮੈਨੂੰ। ਤੇ ਤੁਸੀਂ ਕੀ ਰੌਲਾ ਪਾ ਰੱਖਿਆ ਦੋਨਾਂ ਨੇ? ਉਹ ਕਾਹਨੂੰ ਭਰਜਾਈ, ਮੈਂ ਤੈਨੂੰ ਐ ਕਿਹਾਗਾ ਵੀ ਅੱਜ ਲਾਈਟ ਆਊਗੀ, ਉਹਨੂੰ ਸੁਣ ਯਾਰ ਮੈਂ ਤੂੰ ਸੁੱਕਿਆ ਪਿਆਗਾ। ਹਾਂ ਤੇ ਫਿਰ ਮੁੰਡਾ ਸਹੀ ਤਾਂ ਕਹਿੰਦਾ, ਫਿਕਰ ਵਾਲਾ ਕਰਦੀ ਮੇਰਾ, ਮੈਨੂੰ ਕਹਿੰਦੇ ਰਾਤ ਨੂੰ ਜਾਇਆ ਕਰੂ ਜੀ, ਰਾਤ ਨੂੰ ਆਊਗੀ ਲਾਈਟ ਭਰਜਾਈ ਜਾਂਦਾ। ਮੇਰੀ ਗੱਲ ਸੁਣ, ਇਹ ਤਾਂ ਮੈਨੂੰ ਬਦਨਾਮ ਕਰਦਾ, ਇਹਨੇ ਮੈਨੂੰ ਬਦਨਾਮ ਕਰਨ ਵਾਲੀ ਕੋਈ ਕਸਰ ਨਹੀਂ ਛੱਡੀ, ਲੋਕਾਂ ਨੂੰ ਕਹਿੰਦਾ ਮੈਂ ਨਹੀਂ ਜਾਣ ਦਿੰਦੀ। ਨਾ ਮੇਰੀ ਗੱਲ ਸੁਣ, ਮੈਂ ਕਿਉਂ ਨਹੀਂ ਜਾਣ ਦਿੰਦੀ? ਜੇ ਕੰਮ ਕਰੂਗਾ ਮੇਰੇ ਲਈ ਤਾਂ ਖੁਸ਼ੀ ਦੀ ਗੱਲ ਹੈ, ਘਰ ਦਾ ਕੰਮ ਹੈ, ਆਪਦੇ ਖੇਤ ਦਾ ਕੰਮ ਹੈ। ਤੂੰ ਹੋਰ ਸੁਣ ਲੈ, ਮੈਂ ਇਹਨੂੰ ਕਾਹਤੋਂ ਨਹੀਂ ਜਾਣ ਦਿੰਦੀ? ਫਿਰ ਕਹੂੰਗਾ ਮੇਰੀ ਪੋਲ ਖੋਲਦੀ ਹੈ, ਹੈਂ ਵੇ ਤਾਂ ਹਨੇਰੇ 'ਚ ਜਾ ਕੇ ਨਾ ਉਈ ਨਹੀਂ ਰਾਜੀ ਹੈਗਾ, ਇਹ ਤਾਂ ਜੇ ਮਾੜਾ ਜਿਹਾ ਹਨੇਰੇ 'ਚ ਵਗ ਜੇ ਫਿਰ ਐਡਾ ਡਰਪੋਕ ਆ, ਐਡਾ ਡਰਪੋਕ ਆ, ਇਹਦਾ ਤਾਂ 1-2-3 ਨੰਬਰ ਵਿੱਚੋਂ ਹੀ ਨਿਕਲ ਜਾਂਦਾ। ਲੁੱਤੀਆਂ ਲਾਉਣ ਅੱਖ ਬਚਾ ਕੇ ਚੱਕ ਕੇ ਲੈ ਜਾਣਾ, ਇੱਕ ਦਿਨ ਮੈਂ ਖੰਡ ਵਾਲੇ ਡੱਬੇ ਦੇ ਵਿੱਚ 500 ਰੁਪਇਆ ਰੱਖਦਾ, ਮੈਂ ਇਹਨਾਂ ਹੁਣ ਵੜ ਗਈ ਆਪ ਦਵੇਂ ਟੀ ਪੈਸੇ ਚੱਕੇ ਤੋਂ ਤੁਰਦਾ ਲੱਗਿਆ, ਹੁਣ ਮੈਂ ਤਾਂ ਨਾ ਇਹ ਤੋਂ ਪੈਸੇ ਬਚਾਉਣ ਦੀ ਮਾਰੀ ਐ ਗਲੋਕ ਲਾ ਕੇ ਰੱਖਦੀ। ਕਿਉਂ ਤੜਕੀ ਤੜਕੀ ਮੇਰਾ ਸਲਾ ਸਾਡੇ ਘਰੇ ਕਲੇਸ਼ ਪਵਾਇਆ ਗਾ? ਤੈਨੂੰ ਬੋਲਣ ਦੇ ਕਿ ਆਏ ਗਏ ਤੂੰ ਸਾਲਾ ਸਾਲਾ ਕਰਕੇ ਬੋਲਦਾ, ਮੈਂ ਤੂੰ ਮੇਰੇ ਭਰਾ ਦੇ ਮੂਹਰੇ ਇੱਕ ਵਾਰ ਕਹਿ ਕੇ ਦਿਖਾ, ਗਾਲ ਕੱਟ ਕੇ ਦਿਖਾ, ਜੇ ਤੈਨੂੰ ਖੋਪੜ ਖੋਪੜ ਨਾ ਪਾਉਣ ਤਾਂ ਮੇਰੇ ਸਾਲਕਣੀ ਦੇ ਗਾਲ ਥੋੜੀ ਕੱਟੀ ਹੈਗੀ, ਮੈਂ ਤਾਂ ਇਹ ਕਹਿੰਦਾ ਵੀ ਤੇਰੇ ਭਾਈਆਂ ਵਰਗਾ ਤਾਂ ਸਾਲਾ ਕਿਹਾ ਇਹਨੂੰ ਮੈਂ। ਆਹੋ ਚਿੱਤਰਾ ਤੋਂ ਡਰਦਾ ਮਿੰਟ ਚ ਬਦਲ ਜਾਂਦਾ ਚੌਰਾ ਕਿਸੇ। ਨਹੀਂ ਮਿੱਠੇ ਨਹੀਂ, ਗਾਲ ਥੋੜੀ ਕੱਟੀ ਹੈਗੀ, ਮੈਂ ਤੇਰੇ ਭਾਈਆਂ ਵਰਗਾ ਮੈਂ ਤਾਂ ਕਹਿੰਦਾ ਮੈਂ ਸਾਲਾ। ਚੱਲ ਭਾਈ ਤੁਹਾਡੀ ਮਰਜ਼ੀ ਆ, ਰਮਾਉਣਾ ਨਾ ਰਮਾਉਣਾ ਮੈਂ ਕੀ ਲੈਣਾ, ਮੈਂ ਤਾਂ ਰਿਸ਼ਤਾ ਸੋਈ। ਬਾਗ ਜੀ ਚੁੱਪ ਕਰਕੇ ਮੈਂ ਤੁਹਾਨੂੰ ਦੱਸਦਾ। ਲੋਕਾਂ ਨਾਲ ਮਾੜਾ ਮੋਟਾ ਮਿੱਠ ਤੇ ਪਿਆਰ ਨਾਲ ਜੀ ਜੀ ਕਰਕੇ ਬੋਲੇ ਨਾ, ਅਗਲੇ ਤੇਰਾ ਮਾੜਾ ਮੋਟਾ ਕੰਮ ਕਰਵਾ ਦੇਣ। ਚਾਹ ਦੀ ਘੁੱਟ ਬਣਾ ਲਿਆ ਮਿੱਠਾ ਇੰਨਾ ਕੁ ਰੱਖੀ ਜਿੰਨਾ ਤੇਰੇ ਮੂੰਹ ਚੋਂ ਗਿਰਦਾ ਹੈਗਾ। ਆਹੋ ਤੁਹਾਨੂੰ ਮੇਰੇ ਸਾਲ ਦੀ ਕਬੜੀ ਨਹੀਂ ਮਿਲਦੀ। ਅੱਜ ਆਉਣ ਦਿੰਦੀਆਂ ਨਾ ਮਰਨ ਦਿੰਦੀਆਂ ਵੀ।
ਗੱਪ ਕਾਹਦੇ ਚ ਮਾਰਦਾ ਤੂੰ ਕੱਟਾ ਨਾ ਆਪਦੇ ਘਰ ਵਾਲੀ ਤੋਂ ਪਰਸੋਂ ਵੀ ਦੇਖੇ ਸੀ ਇਹਨੂੰ ਮੈਂ ਲੈ ਲੈ
ਓਏ ਲੱਗਦੇ ਹੋ ਕੁੱਟਦੇ ਹੋ, ਤੁਹਾਨੂੰ ਇਹੀ ਤਾਂ ਪਤਾ ਨਹੀਂ ਹੈਗਾ। ਉਹਦਾ ਚੱਲ ਕਦੇ ਮੇਰੀ ਖਾਧੀ ਪੀਤੀ ਹੁੰਦੀ ਉਦੋਂ ਮਾਰ ਜਾਂਦੀ ਹੈਗੀ, ਨਹੀਂ ਤਾਂ ਊਂ ਮਹੀਂ ਦਾ ਕੜਾ ਮੈਂ ਹੀ ਕੁੱਟਦਾ ਘਰੇ ਉਹਨੂੰ। ਰਹਿਣ ਦੇ ਓਏ, ਉਹ ਨਹੀਂ ਆਉਂਦੀ ਤੀ ਘਰ ਵਾਲੀ, ਓਏ ਹੋਰ ਉਹੀ ਦੇਈ ਆ। ਕਿੱਥੇ ਓਏ ਉਹ ਆਉਂਦੀ ਦੇਖ, ਪਤਾ ਨਹੀਂ ਲੱਗਦੀ ਸੁੱਟੀ ਲਈ ਹੋਈ ਆ। ਓਏ ਆ ਕਿੱਧਰ ਲੰਘ ਗਿਆ, ਇਹ ਕਿੱਧਰ ਲੰਘ ਗਿਆ ਓਏ, ਹੁਣ ਤਾਂ ਫੜਾ ਮਾਰ ਰਿਹਾ ਤੀ ਉਰੇ। ਐਂ ਕਰਦਾ ਮੈਂ ਬੁਲਾਣਾ ਕਰਦਾ ਉਹਦਾ ਘਰੇ ਵਾਲੇ ਤੋਂ ਡਰ ਕੇ ਨਾ ਲੰਘ ਗਿਆ ਓਏ। ਹਾਂ ਮੈਨੂੰ ਗੁੱਸਾ ਆ ਗਿਆ, ਮੈਂ ਤੂੰ ਕੁੱਟੂਗੀ ਕੁੱਟੂਗੀ ਓਏ, ਤੈਨੂੰ ਮੇਰੇ ਸੁਭਾਅ ਦਾ ਨਹੀਂ ਪਤਾ ਹੈਗਾ, ਤੈਨੂੰ ਮੇਰੇ ਦਾ ਮੇਰਾ ਬਹੁਤ ਕੱਬਾ ਸਭ ਚੱਕੀ ਕਰਦਾ ਮੈਂ। ਲੈ ਆ ਗਈ ਕੋਈ ਨਾ ਕਰਨਾ ਗੱਲ, ਛਾਲ ਮਾਰ ਕੇ ਜਾਣ ਦੇਣ ਦੀ ਉਰੇ, ਜਾਂ ਤੂੰ ਆਏਗਾ ਜਾਣ ਨਹੀਂ ਦੇਗਾ, ਖੜ ਜਾ ਮਰ ਜਾਣੇ ਮਰ ਜਾਣੇ ਆ ਖੜ ਜਾ। ਮੇਰੇ ਸਲਦੀ 100 ਰੁਪਏ ਦੀਆਂ ਚੱਪਲਾਂ ਨਹੀਂ ਗਿਆ, ਜੇ ਰੁੜ ਗਿਆ ਉਠਾਉਣੀ ਨਹੀਂ ਗਿਆ, ਮੈਂ ਨਹੀਂ ਉਤਰਦਾ ਹੈਗਾ, ਭੱਜਾ ਭੱਜਾ ਯਾਰ ਹਜੇ ਤੱਕ ਨੀ ਆਇਆ ਹੈਗਾ, ਅੱਗੇ ਮਰਨਾ ਚੱਲ ਦਿਨ ਦਿਹਾੜੇ ਪੀ ਲੈਂਦਾ ਟਾਈਮ ਨਾਲ ਘਰੇ ਤਾਂ ਆ ਜਾਂਦਾ, ਅੱਜ ਤਾਂ ਹਜੇ ਤੱਕ ਨੀ ਵੜਿਆ। ਦੱਸ ਮੈਂ ਕਿਹਨੂੰ ਕਹਾਂ ਵੀ ਕਿੱਥੋਂ ਲੈ ਕੇ ਆਓ ਉਹਨੂੰ, ਕੀ ਕਰਾਂ ਮੈਂ, ਗੋਲੋ ਨੀ ਆ ਰਿਹਾ, ਆਈ ਗੱਲ ਇਹਨੂੰ ਲੈ ਕੇ ਚੱਲਦੀ ਆ। ਸਮਝਦੀ ਨੀ ਹੈਗੀ, ਹੁਣ ਭਾਲਣ ਦਾ ਯਾਰ ਉਹਨੂੰ ਛੱਡ, ਕੋਈ ਚੱਜ ਦਾ ਤਾਂ ਭਾਲ ਲਈਏ। ਮੇਰੀ ਗੱਲ ਸੁਣ, ਦਾਰੂ ਇਹ ਨੀ ਛੱਡਦਾ, ਜਰਦਾ ਇਹ ਨੀ ਛੱਡਦਾ, ਵਿਆਹ ਗੋਲੀਆਂ ਗੱਪਾਂ ਇਹ ਨੀ ਛੱਡਦਾ। ਓ ਭਾਬੀ ਇਹਨੂੰ ਕਿਸੇ ਨਸ਼ਾ ਛੜਾਓ, ਕੇਂਦਰ ਕੁੰਦਰ ਜੇ ਪਾਉਂਦੀ ਤੂੰ। ਓਹੋ ਬੇ ਕੇਂਦਰ ਚ ਸਭਾ ਪਾਉਣਾ, ਆ ਮੈਨੂੰ ਕਿਸੇ ਨੇ ਆਖਿਆ ਸੀ, ਕਹਿੰਦੇ ਜੋਗਾ ਜੁਗਾ ਵਾਲਿਆਂ ਕੋਲੇ ਲਾਦੇ ਸੈੱਟ ਹੋ ਜਾਊਗਾ, ਅੱਗੇ ਤਾਂ ਬੀੜੀ ਹੱਥ ਨਾਲ ਪੀਂਦਾ ਸੀ, ਹੁਣ ਮਰ ਜਾਣਾ ਪੈਰ ਨਾਲ ਵੀ ਪੀਣ ਲੱਗ ਗਿਆ। ਪਰ ਪੁੱਠਾ ਬੰਦਾ ਪੁੱਠੀਆਂ ਚੀਜ਼ਾਂ ਹੀ ਸਿੱਖਦਾ ਹੁੰਦਾ। ਬਈ ਆਏ ਕਰ, ਖੜਾ ਹੋ, ਚੱਲ ਕਰੇ, ਚੱਲ ਚੱਲ ਉੱਠ ਉੱਠ ਬੈਠ 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 ਬੇ ਹੌਲੀ ਮਰ ਜਾਣੇ ਆ ਹੌਲੀ, ਜਾ ਮੈਨੂੰ ਸੈੱਟ ਜਾ ਕਰਨ ਦੇ, ਇੱਧਰ ਹੋਵੇ ਮੈਨੂੰ
ਸੁਣਾ ਭਾਈ ਕੀ ਹਾਲ ਚਾਲ ਨੇ ਸਾਰਿਆਂ ਦੇ ਆਹ ਜਿਹੜੀ ਵੀਡੀਓ ਹੁਣੇ ਹੁਣੇ ਦੇਖ ਕੇ ਹਟਿਓਗੇ ਵੀਡੀਓ ਕਿਵੇਂ ਲੱਗੀ ਭਾਈ ਉਹ ਥੱਲੇ ਲਿਖ ਕੇ ਜੇ ਦੱਸਦਾ ਕਰੋ ਕਮੈਂਟਾਂ 'ਚ ਹੈ ਹਾਂਜੀ ਦੋਸਤੋ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਕਮੈਂਟ ਕਰਨਾ ਨਹੀਂ ਭੁੱਲਣਾ ਕਮੈਂਟ ਕਰਕੇ ਦੱਸਣਾ ਵੀਡੀਓ ਕਿਵੇਂ ਲੱਗੀ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬੈਲ ਆਈਕਨ ਜ਼ਰੂਰ ਦਬਾਓ ਤਾਂ ਕਿ ਸਾਡੀ ਨਵੀਂ ਤੋਂ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਆ ਘੰਟੀ ਜ਼ਰੂਰ ਦੱਬ ਦਿਓ ਭਾਈ ਬਣ ਕੇ ਹਨਾ ਤੇ ਸ਼ੇਅਰ ਵਾਲੀ ਕਿੱਲੀ ਦੱਬ ਦਿਆ ਕਰੋ ਜਮਾਣਾ ਧੰਨਵਾਦ ਧੰਨਵਾਦ ਜੀ।